ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਅੱਜ ਚੰਡੀਗੜ੍ਹ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਤਾਂ ਉੱਥੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਵੀ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਆਓ ਵੇਖਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਪੰਜਾਬ ਅਤੇ ਹਰਿਆਣਾ ਸੂਬਾ ਹਮੇਸ਼ਾ ਹੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆਉਂਦੇ ਨੇ ਤੇ ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਰੋਕਣ ਦੀ ਸਲਾਹ ਦਿੱਤੀ ਸੀ, ਪਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸਾਫ਼ ਕੀਤਾ ਹੈ ਕਿ ਇਹ ਕਾਰਵਾਈ ਰਾਪੇਰੀਅਨ ਲਾਅ ਦੇ ਵਿਰੁੱਧ ਹੋਵੇਗੀ। ਦੇਖੋ, ਗੱਲ ਇਹ ਹੈਗੀ ਆ ਕਿ ਜਦੋਂ ਵੀ ਕੋਈ ਰਿਵਰਸ ਫਲੋ ਕਰਦੀਆਂ ਬਿਟਵੀਨ ਕੰਟਰੀਜ਼, ਦੇ ਫਲੋ ਅੰਡਰ ਇੰਟਰਨੈਸ਼ਨਲ ਰਾਇਪੇਰੀਅਨ ਲਾਜ਼। ਇੱਕ ਤਾਂ ਦੇਸ਼ ਦੇ ਅੰਦਰ ਅੰਦਰ ਜਿਹੜੀਆਂ ਸਟੇਟਾਂ ਦਾ ਹੁੰਦਾ ਅਧਿਕਾਰ, ਉਹ ਰਾਇਪੇਰੀਅਨ ਲਾਜ਼ ਸਾਡੇ ਆਪਣੇ ਵਿਦ ਇਨ ਦ ਕੰਟਰੀ ਹੈ, ਲੇਕਿਨ ਇੱਕ ਹੈਗੇ ਇੰਟਰਨੈਸ਼ਨਲ ਰਾਇਪੇਰੀਅਨ ਲਾਜ਼। ਮੈਂ ਸਮਝਦਾ ਵਾਂ ਕਿ ਰਾਵੀ ਦਾ ਪਾਣੀ ਜਿਹੜਾ ਵਾ ਉਹ ਬਹੁਤ ਸਾਰਾ ਅਨਯੂਟੀਲਾਈਜ਼ਡ ਸ਼ਾਇਦ ਪਾਕਿਸਤਾਨ ਨੂੰ ਜਾਂਦਾ ਵਾ। ਜੇ ਆਪਾਂ ਕਹੀਏ ਕਿ ਸਾਰਾ ਰਾਵੀ ਦਾ ਅਸੀਂ ਪਾਣੀ ਰੋਕ ਦੇਣਾ ਵਾ, ਇਟ ਵਿਲ ਬੀ ਅਗੇਂਸਟ ਦੀ ਇੰਟਰਨੈਸ਼ਨਲ ਰਾਇਪੇਰੀਅਨ ਲਾਜ਼। ਪਰ ਅਗਰ ਪੰਜਾਬ ਉਸ ਪਾਣੀ ਦੀ ਵੱਧ ਤੋਂ ਵੱਧ ਯੂਟੀਲਾਈਜੇਸ਼ਨ ਕਰ ਸਕਦਾ, ਕੋਈ ਹਾਈਡਲ ਪਾਵਰ ਪ੍ਰੋਜੈਕਟਸ ਲਾ ਸਕਦਾ, ਉਸ ਨੂੰ ਕਿਸੇ ਤਰੀਕੇ ਨਾਲ ਕੈਨਾਲ ਇਰੀਗੇਸ਼ਨ ਵਾਸਤੇ ਵਰਤ ਸਕਦਾ, ਤਾਂ ਫਿਰ ਮੈਂ ਸਮਝਦਾ ਕਿ ਇਹ ਆਈਡੀਆ ਬੁਰਾ ਨਹੀਂ ਗਾ। ਪਰ ਜੇ ਤੁਸੀਂ ਕਹੋ ਕਿ ਰਾਵੀ ਦਰਿਆ ਦਾ ਪੂਰਾ ਪਾਣੀ ਅਸੀਂ ਬੰਦ ਕਰ ਦਾਂਗੇ ਤਾਂ ਪਾਕਿਸਤਾਨ ਨੂੰ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ। ਦੈਟ ਇਜ਼ ਅਗੇਂਸਟ ਦੀ ਇੰਟਰਨੈਸ਼ਨਲ ਰਾਇਪੇਰੀਅਨ ਲਾਜ਼। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਹੁਣ ਤੱਕ ਹਜ਼ਾਰਾਂ ਦੇ ਕਰੀਬ ਨਸ਼ੇੜੀ ਅਤੇ ਤਸਕਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਨੇ। ਪਰ ਇਸ ਮਾਮਲੇ ਉੱਤੇ ਸੁਖਪਾਲ ਖਹਿਰਾ ਨੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਕੀਤੀ ਹੋਈ ਟਿੱਪਣੀ ਦਾ ਸਮਰਥਨ ਕੀਤਾ ਹੈ। ਦੋ ਗੱਲਾਂ ਕੀਤੀਆਂ ਗਾਂਧੀ ਸਾਹਿਬ ਨੇ, ਬੜੀਆਂ ਅੱਛੀਆਂ ਵਾਜਬ ਗੱਲਾਂ ਕੀਤੀਆਂ ਉਹਨਾਂ ਨੇ। ਇੱਕ ਤਾਂ ਕਿਹਾ ਵਾ ਕਿ ਜਿਹੜਾ NDPS ਐਕਟ ਲਾਗੂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਇਹਦੇ ਤਹਿਤ ਉਹਨਾਂ ਨੇ ਹਜ਼ਾਰਾਂ ਪੈਟੀ ਐਡਿਕਟਸ, ਜਿਹੜੇ ਛੋਟੇ ਛੋਟੇ ਕੋਈ ਨਸ਼ੇੜੀ ਸੀਗੇ, ਉਹ ਜੇਲ੍ਹਾਂ ਵਿੱਚ ਧੱਕ ਦਿੱਤੇ ਨੇ। ਜੇਲ੍ਹਾਂ ਵਿੱਚ ਅੱਗੇ ਹੀ ਬਹੁਤ ਜ਼ਿਆਦਾ ਕੰਜੈਸ਼ਨ ਸੀਗੀ, ਜਿਸ ਕਰਕੇ ਜੇਲ੍ਹਾਂ ਦੇ ਵਿੱਚ ਕ੍ਰਾਈਮ ਵੀ ਵੱਧਦਾ ਵਾ, ਜੇਲ੍ਹਾਂ ਦੇ ਵਿੱਚ ਡਰੱਗਸ ਵੱਧਦੇ ਨੇ, ਜੇਲ੍ਹਾਂ 'ਚ ਹਰ ਕਿਸਮ ਦੀ ਇਲੀਗਲ ਐਕਟੀਵਿਟੀਜ਼ ਆਪਾਂ ਨੂੰ ਨਜ਼ਰ ਆ ਰਹੀਆਂ ਨੇ। ਦੂਸਰਾ ਪੱਖ ਗਾਂਧੀ ਜੀ ਨੇ ਇਹ ਲਿਆ ਵਾ ਕਿ ਤੁਸੀਂ CISF ਮੰਗ ਰਹੇ ਹੋ ਕਿ ਸਾਡੀਆਂ ਜੇਲ੍ਹਾਂ ਦੀ ਸੁਰੱਖਿਆ ਕਰੇਗਾ। ਉਹਨਾਂ ਦਾ ਕਹਿਣਾ ਕਿ ਇਸ ਹਿਸਾਬ ਨਾਲ ਤੁਸੀਂ ਪੰਜਾਬ ਦੀ ਖੁਦਮੁਖਤਿਆਰੀ ਜਿਹੜੀ ਆ ਆਪ ਹੀ ਸਰੈਂਡਰ ਕਰ ਰਹੇ ਹੋ ਕੇਂਦਰ ਦੇ ਸਾਹਮਣੇ। ਇਸ ਪੱਖ ਨਾਲ ਮੈਂ ਬਿਲਕੁਲ ਸਹਿਮਤ ਹਾਂ ਗਾਂਧੀ ਸਾਹਿਬ ਦੇ ਨਾਲ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਹੈ। ਜਦੋਂ ਅਸੀਂ ਬਾਹਰੋਂ ਫੋਰਸਾਂ ਮੰਗ ਕੇ ਕੇਂਦਰ ਕੋਲ ਦੁਬਾਰਾ ਹੋਮ ਮਿਨਿਸਟਰ ਸਾਹਿਬ ਕੋਲ ਜਾਂਦੇ ਕਿ ਤੁਹਾਨੂੰ ਸਾਨੂੰ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦਿਓ ਸਾਡੀਆਂ ਜੇਲ੍ਹਾਂ ਵਾਸਤੇ, ਤਾਂ ਅਸੀਂ ਆਪਣੀ ਸੋਵਰੈਨਿਟੀ ਗਵਾ ਰਹੇ ਹਾਂ। ਇਸ ਗੱਲ ਨਾਲ ਸਹਿਮਤ ਹਾਂ ਅਤੇ ਮੈਂ ਉਹਨਾਂ ਦੇ ਉਸ ਤਰਕ ਨਾਲ ਵੀ ਸਹਿਮਤ ਹਾਂ ਕਿ NDPS ਐਕਟ ਨੂੰ ਰਿਵਿਊ ਕਰੋ ਅੱਛੀ ਤਰ੍ਹਾਂ ਨਾਲ। ਤੁਸੀਂ ਵੱਡੇ ਮਾਫੀਆ ਨੂੰ ਤਾਂ ਫੜਿਆ ਹੀ ਨਹੀਂ ਗਾ, ਇਹ ਤਾਂ ਛੋਟੀਆਂ ਵਿਚਾਰੇ ਜਿਹੜੇ ਬੇਰੁਜ਼ਗਾਰ ਬੱਚੇ ਸੀ, ਜਿਹੜੇ ਲਾਚਾਰ ਸੀਗੇ, ਜਿਹੜੇ ਬੇਬਸ ਸੀ, ਗ੍ਰਾਮ ਗ੍ਰਾਮ ਦੋ ਦੋ ਗ੍ਰਾਮ ਵਾਲੇ, ਤੁਸੀਂ ਹਜ਼ਾਰਾਂ ਬੰਦਿਆਂ 'ਤੇ NDPS ਐਕਟ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਵਾ। ਇਸ ਐਕਟ ਨੂੰ ਰਿਵਿਊ ਕਰੋ, ਔਰ ਜਿਹੜੇ ਵੱਡੇ ਤਾਕਤਵਰ ਮਾਫੀਆ ਸੀ ਜਿਹਦੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਆਇਆ, ਜਿਹਦੇ ਪੁਲਿਸ ਦੇ DGPs ਦਾ ਨਾਮ ਆ ਰਿਹਾ ਵਾ, ਉਹਨਾਂ ਦੀ ਇਨਵੈਸਟੀਗੇਸ਼ਨ ਤਾਂ ਅਮਰਿੰਦਰ ਸਿੰਘ ਨੇ ਅੱਜ ਤੱਕ ਕਰਾਈ ਨਹੀਂ ਗਈ। ਸੋ ਦੋਨੋਂ ਜਿਹੜੀਆਂ ਇਸ਼ੂਜ਼ ਰੇਜ਼ ਕੀਤੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਨੇ, ਆਈ ਥਿੰਕ ਦੇ ਹੀ ਹੈਜ਼ ਰੇਜ਼ਡ ਵੈਰੀ ਵੈਲਿਡ ਪੁਆਇੰਟਸ ਇਨ ਸੋ ਫਾਰ ਸਿਕਿਉਰਿਟੀ ਆਫ ਜੇਲ੍ਹ ਇਜ਼ ਕੰਸਰਨਡ ਐਂਡ ਦੀ NDPS ਐਕਟ ਦੀ ਰਿਵਿਊ ਦੀ ਗੱਲ ਉਹਨੇ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਨਾ ਸਿਰਫ ਮਜ਼ਾਕੀਆ ਤੰਜ ਕਸੇ, ਸਗੋਂ ਉਹਨਾਂ ਨੇ ਸੁਖਬੀਰ ਨੂੰ ਇੱਕ ਜਨਤਕ ਬਹਿਸ ਲਈ ਵੀ ਚੁਣੌਤੀ ਦਿੱਤੀ ਹੈ। ਮੇਰਾ ਖਿਆਲ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਨੂੰ ਵੈਸੇ ਹੀ ਲੋਕ ਸੀਰੀਅਸਲੀ ਨਹੀਂ ਲੈਂਦੇ, ਕਿਉਂਕਿ ਬਹੁਤ ਸਾਰੀਆਂ ਗੱਪਾਂ ਮਾਰਦੇ ਨੇ, ਉਹ ਬਹੁਤ ਸਾਰਾ ਝੂਠ ਬੋਲਦੇ ਨੇ, ਔਰ ਇਹ ਉਹ ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲੀ ਦਲ ਨਹੀਂ ਕਹਿਣਾ ਆਉਂਦਾ, ਉਹ ਕਾਲੀ ਦਲ ਕਹਿੰਦੇ ਨੇ। ਤਾਂ ਅੱਛੀ ਤਰ੍ਹਾਂ ਉਹਨਾਂ ਦੀਆਂ ਸਾਰੀਆਂ ਤੁਸੀਂ ਜਿਹੜੀਆਂ ਕਾਨਫਰੰਸਿਸ ਦੇ ਜੋ ਭਾਸ਼ਣ ਨੇ ਉਹ ਕਾਲੀ ਦਲ ਹੀ ਕਹਿੰਦੇ ਨੇ। ਜਿਹੜਾ ਲੀਡਰ ਆਪਣੀ ਪਾਰਟੀ ਦਾ ਨਾਮ ਨਹੀਂ ਠੀਕ ਲੈ ਸਕਦਾ, ਔਰ ਦੂਜਾ ਯਾਦ ਹੋਵੇਗਾ ਸਭ ਸਾਰੇ ਪੰਜਾਬ ਨੂੰ ਕਿ ਉਹ ਆਪਣੇ ਬਜ਼ੁਰਗਾਂ ਨੂੰ ਬਹੁਤ ਵੱਡੀ ਕਾਨਫਰੰਸ ਵਿੱਚ ਐਡਰੈਸ ਕੀਤਾ ਕਿ ਬਾਦਲ ਸਾਹਿਬ ਮੇਰੇ ਪਿਤਾ ਸਮਾਨ ਨੇ, ਅਤੇ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਕਿ ਕਾਕਾ ਮੈਂ ਤੇਰਾ ਪਿਤਾ ਸਮਾਨ, ਮੈਂ ਤੇਰਾ ਪਿਓ ਹਾਂ, ਹੁਣ ਇਹ ਮੈਨੂੰ ਕਹਿੰਦਾ ਵਾ ਕਿ ਮੇਰੇ ਸਟੈਂਡਰਡ ਦਾ ਬੰਦਾ ਨੇਗਾ। ਸੁਖਬੀਰ ਜੀ, ਮੈਂ ਤੁਹਾਡੇ ਸਟੈਂਡਰਡ ਦਾ ਹੈ ਕਿ ਨਹੀਂ ਹੈ, ਇਹ ਤਾਂ ਕੋਈ ਜਨਤਕ ਬਹਿਸ ਦੱਸ ਸਕਦੀ ਆ। ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਆ ਜਾਓ ਮੈਦਾਨੇ ਜੰਗ ਦੇ ਵਿੱਚ, ਦੱਸੋ ਕਿੱਥੇ ਆਵਾਂ ਮੈਂ, ਕਿੱਦਣ ਆਵਾਂ, ਆਪਾਂ ਕਿਸ ਵਿਸ਼ੇ 'ਤੇ ਤੁਸੀਂ ਬਹਿਸ ਕਰਨਾ ਚਾਹੁੰਦੇ ਹੋ, ਤੁਸੀਂ ਮੇਰਾ ਸਟੈਂਡਰਡ ਜਾਣਨਾ ਚਾਹੁੰਦੇ ਹੋ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਜਿੰਨੇ ਜੋਗਾ ਵੀ ਹਾਂ ਮੈਂ ਤੁਹਾਨੂੰ ਆਪਣਾ ਸਟੈਂਡਰਡ ਦੱਸ ਸਕਦਾ, ਪਰ ਉਹਦੇ ਵਾਸਤੇ ਇੱਕ ਜਨਤਕ ਡਿਬੇਟ ਬਹਿਸ ਦੀ ਲੋੜ ਹੈ ਕਿ ਤੁਸੀਂ ਮੇਰੀ ਚੁਣੌਤੀ ਪ੍ਰਵਾਨ ਕਰੋਗੇ। ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ ਨਵੀਂ ਚੁਣੌਤੀ ਦੇ ਕੇ ਇੱਕ ਨਵਾਂ ਮੁੱਦਾ ਖੜਾ ਕਰ ਦਿੱਤਾ ਹੈ। ਪਰ ਹੁਣ ਸੁਖਬੀਰ ਖਹਿਰਾ ਦੀ ਚੁਣੌਤੀ ਕਬੂਲ ਕਰਨਗੇ ਜਾਂ ਨਹੀਂ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਚੰਡੀਗੜ੍ਹ ਤੋਂ ਸੁਰਿੰਦਰਪਾਲ ਦੀ ਰਿਪੋਰਟ ਸਾਂਝਾ ਟੀਵੀ ਲਈ।